ਮਿੰਨੀ ਕਹਾਣੀ ਮੰਦ ਹਾਲੀ ਬਈ ਦੂਜਾ ਡਿਊਟੀ ਤੇ ਕਿਉਂ ਨਹੀਂ ਆਇਆ ਉਹ ਆਪਣੇ ਚਪੜਾਸੀ ਤੋਂ ਨੰਬਰ 2 ਚਪੜਾਸੀ ਬਾਰੇ ਪੁੱਛਦਾ ਉਹ ਛੇਤੀ ਆਉਂਦਾ ਵੀ ਨਹੀਂ ਜੀ ਕਿਉਂ ਉਹਨੇ ਕੈਂਪ ਚ ਜਾ ਕੇ ਦੂਜੀ ਵਾਰ ਆਪਰੇਸ਼ਨ ਕਰਵਾ ਲਿਆ 2000 ਰੁਪਏ ਦੇ ਖਾਤਰ ਡਾਕਟਰ ਨੇ ਨਹੀਂ ਦੇਖਿਆ ਵੀ ਉਹ ਦੂਜੀ ਵਾਰ ਡਾਕਟਰ ਛੱਡੋ ਜੀ ਉਹਨਾਂ ਦੀ ਗੱਲ ਉਹ ਤਾਂ ਆਪਣੇ ਕੇਸ ਬਣਾਉਂਦੇ ਆ ਕੇਸ ਉਹ ਖੱਤਰੀ ਜੀ ਹਾਸੇ ਹੱਸਦਾ ਤੇ ਉਸ ਭੜੂਏ ਨੇ ਕੀ ਕੀਤਾ ਮੂਰਖ ਹੈ ਜੀ 2000 ਰੁਪਏ ਦੇ ਲਾਲਚ ਪਿੱਛੇ ਹੁਣ ਕਿੰਨੇ ਉੱਤੇ ਲਾ ਰਿਹਾ ਗੁਪਤੰਗ ਤੇ ਸਾਰੀ ਪਸ ਭਰ ਗਈ ਸੋ ਹੁਣ ਮੰਜੇ ਨਾਲ ਮੰਜਾ ਹੋ ਰਿਹਾ ਜਨਾਬ ਮੈਂ ਤਾਂ ਕਦੇ ਨਾ ਕਰਵਾਵਾਂ ਇਹਨਾਂ ਕੈਂਪਾਂ ਸਹਰੇਆਂ ਚ ਪਿੱਛੇ ਜੋ ਸਾਈਕਲ ਗਿਫਟ ਦੇ ਰੂਪ ਚ ਵੀ ਦੇ ਰਹੇ ਸੀ ਤੇ ਤੇਰੇ ਕੋਲ ਤੇ ਸਾਈਕਲ ਵੀ ਹੈ ਨਹੀਂ ਐਡੀ ਦੂਰੋਂ ਤੂੰ ਆਉਣਾ ਤੈਨੂੰ ਕਰਵਾ ਲੈਣਾ ਚਾਹੀਦਾ ਸੀ ਸੋਚਦਾ ਹੁਣ ਜੇ ਅੱਗੇ ਨੂੰ ਕੋਈ ਇਸ ਤਰ੍ਹਾਂ ਦੀ ਸਕੀਮ ਆਈ ਤੇ ਮੈਂ ਵੀ ਇਸ ਵਰਕ ਕਰਵਾਈ ਲਵਾਂ ਲੱਗਦੇ ਹੱਥ ਜਿਵੇਂ ਪਹਿਲਾਂ ਉਦੇ ਹੱਥੋਂ ਕੁਝ ਤਿਲਕ ਗਿਆ ਹੋਵੇ ਅਫਸਰ ਸੋਚਦਾ ਹੈ ਗਰੀਬੀ ਕਾਰਨ ਫੂਕ ਸਭ ਦੀ ਨਿਕਲ ਰਹੀ ਹੈ ਚਾਹੇ ਕਿਸੇ ਕੋਲ ਕੋਈ ਵਾਹਨ ਹੈ ਚਾਹੇ ਨਹੀਂ ਧੰਨਵਾਦ